ਇਹ ਐਲਾਨ ਕੀਤਾ ਕਿ 11 ਤਰੀਕ ਨੂੰ ਇਹ ਖੇਤੀ ਦੇ ਨਵੇਂ ਕਾਨੂੰਨ ਦੇ ਹੱਕ ਦੇ ਵਿੱਚ ਮੁਕੇਰੀਆਂ ਦੇ ਵਿੱਚ ਅਸੀਂ ਮਾਰਚ ਕਰਾਂਗੇ, ਟਰੈਕਟਰ ਰੈਲੀ ਕਰਾਂਗੇ। ਅਸੀਂ ਮੁਕੇਰੀਆਂ ਦੇ ਤੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਤੇ ਪੰਜਾਬ ਦੇ ਕਿਸਾਨ ਇਹ ਐਲਾਨ ਕਰਦੇ ਆ ਮੁਕੇਰੀਆਂ ਤੋਂ ਕਿ 11 ਤਰੀਕ ਨੂੰ ਅਸੀਂ ਸੱਤ ਜਥੇਬੰਦੀਆਂ ਦੇ ਝੰਡੇ ਹੇਠ ਇਸ ਮੁਕੇਰੀਆਂ ਦੇ ਵਿੱਚ ਜਿਸ ਵੀ ਜਗ੍ਹਾ ਦੇ ਉੱਪਰ ਇਹ ਅਸ਼ਵਨੀ ਸ਼ਰਮਾ ਭਾਜਪਾ ਦਾ ਪ੍ਰਧਾਨ ਕਿਤੇ ਵੀ ਇਕੱਠ ਕਰਦਾ ਹੈ ਜਾਂ ਟਰੈਕਟਰ ਰੈਲੀ ਕਰਦਾ ਹੈ, ਅਸੀਂ ਉੱਥੇ ਹੀ ਜਾ ਕੇ ਇਸ ਰੈਲੀ ਨੂੰ ਭੰਗ ਕਰਾਂਗੇ, ਬੀਜੇਪੀ ਦਾ ਪੁਰਜ਼ੋਰ ਸ਼ਬਦਾਂ ਦੇ ਨਾਲ ਵਿਰੋਧ ਕਰਾਂਗੇ। ਜੇ ਅਜਿਹੇ ਹਾਲਾਤਾਂ ਦੇ ਵਿੱਚ, ਅਜਿਹੇ ਮੁਕੇਰੀਆਂ ਦੇ ਵਿੱਚ ਜੇ ਕੋਈ ਅਨਸੁਖਾਵੀ ਘਟਨਾ ਵਾਪਰਦੀ ਹੈ, ਇਹਦੇ ਲਈ ਬੀਜੇਪੀ ਸਿੱਧੇ ਤੇ ਅਸਿੱਧੇ ਢੰਗ ਦੇ ਨਾਲ ਖੁਦ ਜ਼ਿੰਮੇਵਾਰ ਹੋਏਗੀ, ਅਸ਼ਵਨੀ ਸ਼ਰਮਾ ਖੁਦ ਜ਼ਿੰਮੇਵਾਰ ਹੋਏਗਾ ਤੇ ਨਾਲ ਪ੍ਰਸ਼ਾਸਨ ਜਿਹੜਾ ਅੱਜ ਇਹ ਬੀਜੇਪੀ ਦਾ ਹੱਥ ਟੋਕਾ ਬਣ ਕੇ ਬੈਠਾ ਹੈ ਉਹ ਆਪ ਜ਼ਿੰਮੇਵਾਰ ਹੋਏਗਾ। ਅਸੀਂ ਐਲਾਨ ਕਰਦੇ ਹਾਂ ਕਿਸਾਨ ਜਥੇਬੰਦੀਆਂ ਵੱਲੋਂ ਵੀ ਅਸੀਂ ਇਹ ਜਿਹੜੇ ਮੁਕੇਰੀਆਂ ਤੇ ਨਾਲ ਲੱਗਦੇ ਜਿਹੜੇ ਕਿਸਾਨ ਹੈ, ਜਿਹੜੇ ਸਮਝਦੇ ਹੈ ਵੀ ਇਹ ਜਿਹੜੇ ਬਿੱਲ ਹੈ ਸਾਡੇ ਕਿਸਾਨ ਮਾਰੂ ਹੈ, ਸਾਡੇ ਮਜ਼ਦੂਰ ਮਾਰੂ ਹੈ, ਉਹ ਇਸ ਇਕੱਠ ਦੇ ਵਿੱਚ ਵੱਡੇ ਪੱਧਰ ਤੇ ਇਕੱਠੇ ਹੋਣ ਤੇ ਇਸ ਰੈਲੀ ਨੂੰ ਕਾਮਯਾਬ ਕਰਨ। ਧੰਨਵਾਦ।